ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਗੱਲ ਪੰਜਾਬ ਦੀ ਟੀਵੀ ਤੇ ਮੈਂ ਕੁਲਦੀਪ ਸਿੰਘ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਖਬਰ ਤੇ ਨਜ਼ਰ। ਪ੍ਰੋਗਰਾਮ ਵਿੱਚ ਸਾਂਝ ਦੇਣ ਲਈ ਜੁੜ ਚੁੱਕੇ ਨੇ ਪ੍ਰਸਿੱਧ ਪੱਤਰਕਾਰ ਗੁਰਮੀਤ ਪਲਾਹੀ ਜੀ। ਪਲਾਹੀ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਮਿਹਰਬਾਨੀ ਜੀ ਕੁਲਦੀਪ ਜੀ। ਪਲਾਹੀ ਜੀ, ਪਹਿਲਾ ਸਵਾਲ, ਅੱਤਵਾਦੀ ਮਸੂਦ ਅਜ਼ਹਰ ਵਿਰੁੱਧ ਅੰਤਰਰਾਸ਼ਟਰੀ ਅੱਤਵਾਦੀ ਕਰਾਰ ਦੇਣ ਦਾ ਮਤਾ ਪੇਸ਼ ਹੋਇਆ, ਕੀ ਇਸ ਵਾਰ ਫਿਰ ਚੀਨ ਕੋਈ ਮੁਸ਼ਕਿਲ ਖੜੀ ਕਰੇਗਾ? ਦੇਖੋ, ਦੁਨੀਆ ਭਰ ਦੇ ਲਗਭਗ 75 ਮੁਲਕਾਂ ਨੇ ਇਸ ਗੱਲ ਬਾਰੇ ਭਾਰਤ ਦੇ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਕਿ ਅੱਤਵਾਦੀਆਂ ਘਟਨਾਵਾਂ ਦੇ ਵਿੱਚ ਪਾਕਿਸਤਾਨ ਪੂਰੀ ਤਰ੍ਹਾਂ ਲਿਪਤ ਹੋਇਆ ਹੈ। ਜੀ, ਪੂਰੀ ਦੁਨੀਆ ਦੇ ਲਗਭਗ 198 ਕਹਿ ਲਓ ਜਾਂ 202 ਕਹਿ ਲਓ, ਇੰਨੇ ਮੁਲਕ ਨੇ ਜਿਹਨਾਂ ਵਿੱਚੋਂ ਕਿਸੇ ਇੱਕ ਮੁਲਕ ਨੇ ਵੀ ਜੀ ਪਾਕਿਸਤਾਨ ਦੇ ਉਸ ਕਾਰਨਾਮੇ ਨੂੰ ਜਿਹੜਾ ਕਿ ਪੁਲਵਾਮਾ ਦੇ ਵਿੱਚ ਵਾਪਰਿਆ ਹੈ ਉਸ ਨੂੰ ਸਹੀ ਠਹਿਰਾਉਣ ਦਾ ਯਤਨ ਨਹੀਂ ਕੀਤਾ ਜਾਂ ਪਾਕਿਸਤਾਨ ਦੇ ਹੱਕ ਦੇ ਵਿੱਚ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਕੀਤੀ। ਉਲਟਾ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਵਿੱਚ 75 ਦੇਸ਼ਾਂ ਦੇ ਡਿਪਲੋਮੈਟ ਜਿਹੜੇ ਨੇ ਉਹਨਾਂ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਨੇ ਬਕਾਇਦਾ ਤੌਰ ਤੇ ਰਾਬਤਾ ਕੀਤਾ ਔਰ ਉਹਨਾਂ ਨੂੰ ਉਹਨਾਂ ਸਾਰੀਆਂ ਸਥਿਤੀਆਂ ਬਾਰੇ ਦੱਸਿਆ ਕਿ ਕਿਵੇਂ ਪਾਕਿਸਤਾਨ ਜਿਹੜਾ ਹੈ ਅੱਤਵਾਦੀਆਂ ਘਟਨਾਵਾਂ ਦੇ ਲਈ ਜ਼ਿੰਮੇਵਾਰ ਹੈ। ਹਿੰਦੁਸਤਾਨ ਦੀ ਸਰਕਾਰ ਨੇ ਡੋਜ਼ੀਅਰ ਵੀ ਜਿਹੜਾ ਹੈ ਉਹ ਪਾਕਿਸਤਾਨ ਨੂੰ ਪੇਸ਼ ਕੀਤਾ ਹੈ। ਔਰ ਇਸ ਤੋਂ ਵੀ ਅਗਲੀ ਗੱਲ ਇਹ ਵੀ ਜਿਹੜੇ ਮੁਲਕ ਅਮਰੀਕਾ, ਫਰਾਂਸ ਤੇ ਬਰਤਾਨੀਆ ਨੇ, ਇਹਨਾਂ ਤਿੰਨਾਂ ਨੇ ਹੀ ਐਤਕੀ UNO ਦੇ ਵਿੱਚ ਮਤਾ ਪਾਸ ਕਰਕੇ ਉਸ ਅੱਤਵਾਦੀ ਨੂੰ ਅੰਤਰਰਾਸ਼ਟਰੀ ਅੱਤਵਾਦੀ ਗਰਦਾਨਣ ਦਾ ਮਤਾ ਜਿਹੜਾ ਹੈ ਰੱਖਿਆ ਹੈ। ਪਿਛਲੇ ਸਮਿਆਂ ਦੇ ਵਿੱਚ ਜਦੋਂ ਵੀ ਮਤਾ ਰੱਖਿਆ ਜਾਂਦਾ ਸੀ ਤੇ ਭਾਰਤ ਵੱਲੋਂ ਰੱਖਿਆ ਜਾਂਦਾ ਸੀ ਔਰ ਚੀਨ ਜਿਹੜਾ ਹੈ ਉਸ ਨੂੰ ਵੀਟੋ ਕਰ ਦਿੰਦਾ ਸੀ, ਭਾਵੇਂ ਕਿ ਬਾਕੀ ਮੁਲਕ ਜਿਹੜੇ ਸੀ ਉਹ ਆਪਣੀ ਭਾਰਤ ਦੇ ਸਰਕਾਰ ਦੇ ਹੱਕ ਦੇ ਵਿੱਚ ਭੁਗਤਦੇ ਸਨ, ਪਰ ਚੀਨ ਜਿਹੜਾ ਸੀ ਉਹ ਵੀਟੋ ਕਰਕੇ ਮਦੂਦ ਨੂੰ ਬਚਾ ਲੈਂਦਾ ਸੀ। ਕਿਉਂਕਿ ਮਦੂਦ ਕੌਣ ਹੈ? ਇਹ ਉਹੀ ਵਿਅਕਤੀ ਹੈ ਜਿਹੜਾ ਹਾਈਜੈਕ ਜਹਾਜ਼ ਕਰਕੇ ਲੈ ਕੇ ਅਫਗਾਨਿਸਤਾਨ ਦੇ ਵਿੱਚ ਲੈ ਕੇ ਗਿਆ ਸੀ ਔਰ ਅਫਗਾਨਿਸਤਾਨ ਦੇ ਵਿੱਚ ਸਾਡੇ ਜਿਹੜੇ ਵਾਜਪਾਈ ਸਰਕਾਰ ਵੇਲੇ ਦੇ ਕੁਝ ਮੰਤਰੀ ਸੰਤਰੀ ਸੀ ਉੱਥੇ ਜਾ ਕੇ ਉਹਨਾਂ 100 ਤੋਂ ਵੱਧ ਮੁਸਾਫਰਾਂ ਨੂੰ ਛਡਾ ਕੇ ਲੈ ਕੇ ਆਏ ਸੀ ਔਰ ਇਸ ਵਿਅਕਤੀ ਨੂੰ ਉਹਨਾਂ ਨੇ ਉਹਨਾਂ ਦੀਆਂ ਸ਼ਰਤਾਂ ਦੇ ਉੱਤੇ ਮੁੜ ਕੇ ਪਾਕਿਸਤਾਨ ਜਾਣ ਦਾ ਐਲਾਨ ਕੀਤਾ ਸੀ। ਸੋ ਇਹ ਇੱਕ ਇਹੋ ਜਿਹਾ ਵਿਅਕਤੀ ਹੈ ਜਿਸ ਨੇ ਪੂਰੇ ਦੁਨੀਆ ਦੇ ਵਿੱਚ ਆਪਣੀ ਕਿਸਮ ਦਾ ਆਤੰਕ ਫੈਲਾਇਆ ਹੋਇਆ। ਸਾਰੇ ਲੋਕ ਜਿਹੜੇ ਨੇ ਇਸ ਤੋਂ ਬੜੇ ਦੁਖੀ ਨੇ। ਅਮਰੀਕਾ ਵਿੱਚ ਵੀ ਕੋਈ ਅੱਤਵਾਦੀ ਘਟਨਾ ਵਾਪਰਦੀ ਆ ਤੇ ਉਹਦਾ ਪਿੱਛਾ ਜਿਹੜਾ ਪਾਕਿਸਤਾਨ ਵਿੱਚ ਨਿਕਲਦਾ, ਬਰਤਾਨੀਆ ਵਿੱਚ ਕੋਈ ਗੱਲ ਵਾਪਰਦੀ ਆ ਤੇ ਉਹਦਾ ਪਿੱਛਾ ਪਾਕਿਸਤਾਨ ਦੇ ਵਿੱਚ ਨਿਕਲਦਾ, ਫਰਾਂਸ ਵਿੱਚ ਪਿਛਲੇ ਦਿਨ ਕੋਈ ਗੱਲ ਵਾਪਰੀ ਤੇ ਉਹਦਾ ਪਿੱਛਾ ਫਿਰ ਅੱਤਵਾਦੀਆਂ ਦਾ ਪਾਕਿਸਤਾਨ ਦੇ ਵਿੱਚ ਆਇਆ। ਸੋ ਇਸ ਵਾਰੀ ਜਿਸ ਵੇਲੇ ਘਟਨਾ ਵਾਪਰੀ ਹੈ ਸਾਡੇ ਡਿਪਲੋਮੈਟ ਜਿਹੜੇ ਨੇ ਉਹ ਚੀਨ ਦੇ ਵਿਦੇਸ਼ ਮੰਤਰੀ ਨੂੰ ਵੀ ਮਿਲੇ, ਸਾਡਾ ਵਿਦੇਸ਼ ਮੰਤਰੀ ਵੀ ਉਹਨਾਂ ਨੂੰ ਸੁਸ਼ਮਾ ਸਵਰਾਜ ਮਿਲੀ ਆ, ਉਹਨੂੰ ਸਾਰੀ ਗੱਲ ਬਾਰੇ ਵਾਰਤਾਲਾਪ ਦੇ ਵਿੱਚ ਇਸ ਗੱਲ ਲਈ ਰਾਜੀ ਕਰ ਲਿਆ ਕਿ ਪਾਕਿਸਤਾਨ ਦੇ ਹੱਕ ਵਿੱਚ ਅਸੀਂ ਨਹੀਂ ਖੜਾਂਗੇ। ਉਹਦਾ ਵਿਰੋਧ ਭਾਵੇਂ ਸਿੱਧੇ ਤੌਰ ਤੇ ਉਹਨਾਂ ਨੇ ਉਹਨਾਂ ਦੇ ਹੱਕ ਵਿੱਚ ਕੋਈ ਗੱਲ ਨਹੀਂ ਕਰਨੀ ਹੈ, ਭਾਰਤ ਦੇ ਵਿਰੋਧ ਦੇ ਵਿੱਚ ਵੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ, ਬਾਬ ਫੇਰ ਜਿਹੜੀ ਘਟਨਾ ਵਾਪਰੀ ਹੈ ਉਸ ਦੇ ਉੱਤੇ ਉਹਨਾਂ ਨੇ ਵੀ ਦੁੱਖ ਪ੍ਰਗਟ ਕੀਤਾ। ਸੋ ਜਾਪਦਾ ਇਹ ਆ ਵੀ ਇਸ ਗੱਲ ਦੀ ਸੰਭਾਵਨਾ ਤਾਂ ਹੋ ਸਕਦੀ ਆ ਕਿ ਅਮਰੀਕਾ ਆਪਣੇ ਚੀਨ ਜਿਹੜਾ ਹੈ ਮੁੜ ਕੇ ਫੇਰ ਵੀਟੋ ਦੀ ਵਰਤੋਂ ਕਰ ਲੈ, ਪਰ ਇਸ ਵੇਲੇ ਉਸ ਨੂੰ ਇਹ ਕਰਨਾ ਜਿਹੜਾ ਹੈ ਬੜਾ ਮੁਸ਼ਕਲ ਹੋਏਗਾ ਕਿਉਂਕਿ ਪੂਰੇ ਦੇਸ਼ ਜਿਹੜੇ ਨੇ ਅੱਤਵਾਦੀਆਂ ਇਹਨਾਂ ਘਟਨਾਵਾਂ ਤੋਂ ਦੁਖੀ ਨੇ, ਪਰ ਪਾਕਿਸਤਾਨ ਦੇ ਨਾਲ ਚੀਨ ਦੀ ਕਿਉਂਕਿ ਜਾਰੀ ਹੈ ਉਸ ਜਾਰੀ ਨੂੰ ਪਕਾਉਣ ਦੀ ਖਾਤਰ ਸ਼ਾਇਦ ਉਹ ਇਹ ਕਾਰਨਾਮਾ ਕਰਦਾ ਹੈ। ਪਰ ਇਸ ਗੱਲ ਦੀ ਵੀ ਸੰਭਾਵਨਾ ਹੋ ਸਕਦੀ ਆ ਕਿ ਪਾਕਿਸਤਾਨ ਆਪ ਹੀ ਚੀਨ ਨੂੰ ਕਹਿ ਜਾਏ ਵੀ ਹੁਣ ਇਸ ਬੰਦੇ ਦੇ ਪਰ ਬਹੁਤੇ ਨਿਕਲ ਆਏ ਨੇ, ਆਈਐਸਆਈ ਵੀ ਇਸ ਗੱਲ ਨੂੰ ਇਸ ਢੰਗ ਦੇ ਨਾਲ ਮਿਥ ਲਵੇ ਤੇ ਉਸ ਨੂੰ ਅੱਤਵਾਦੀ ਕਰਾਰ ਦੇ ਕੇ ਉਸ ਨੂੰ ਕਾਬੂ ਕਰ ਲਿਆ ਜਾਏ, ਕਿਉਂਕਿ ਪੂਰੇ ਵਿਸ਼ਵ ਦੇ ਵਿੱਚ ਪਾਕਿਸਤਾਨ ਦਾ ਬਿੰਬ ਜਿਹੜਾ ਇਸ ਢੰਗ ਦਾ ਬਣਦਾ ਜਾ ਰਿਹਾ ਵੀ ਉਸ ਨੂੰ ਅੱਤਵਾਦੀ ਦੇਸ਼ ਗਰਦਾਨਣ ਬਾਰੇ ਲਗਾਤਾਰ ਦਬਾਅ ਜਿਹੜਾ ਹੈ ਪੂਰੇ ਮੁਲਕਾਂ ਦੇ ਵਿੱਚ ਪੈਦਾ ਹੋ ਰਿਹਾ ਔਰ UNO ਦੇ ਵਿੱਚ ਵੀ ਇਹ ਗੱਲ ਬਹੁਤ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ। ਜੀ, ਭਾਜਪਾ ਅਕਾਲੀ ਦਲ ਸਮਝੌਤੇ ਤਹਿਤ 10 ਸੀਟਾਂ ਅਕਾਲੀ ਅਤੇ 3 ਸੀਟਾਂ ਭਾਜਪਾ ਵਾਲੇ ਲੜਨਗੇ, ਕਿਹੋ ਜਿਹੀ ਸਥਿਤੀ ਹੈ ਅਕਾਲੀ ਭਾਜਪਾ ਗਠਜੋੜ ਦੀ ਪੰਜਾਬ ਵਿੱਚ?
ਦੇਖੋ ਬੜਾ ਖਸਮਾ ਮੁਕਾਬਲਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜੀ ਪਰ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਵਿਰੋਧੀ ਧਿਰ ਹੈ ਉਹ ਖੇਰੂ ਖੇਰੂ ਹੋਈ ਪਈ ਹੈ। ਇੱਕ ਪਾਸੇ ਅਕਾਲੀ ਭਾਜਪਾ ਹੈ, ਦੂਜੇ ਪਾਸੇ ਆਮ ਆਦਮੀ ਪਾਰਟੀ ਹੈ, ਤੀਜੇ ਪਾਸੇ ਖਹਿਰਾ ਸਾਹਿਬ ਤੁਰੇ ਫਿਰਦੇ ਨੇ, ਚੌਥੇ ਪਾਸੇ ਜਿਹੜੇ ਟਕਸਾਲੀ ਨੇ ਉਹ ਨੇ, ਹੈਂਜੀ। ਤੋ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਵੋਟਾਂ ਦੀ ਵੰਡ ਤਾਂ ਹੋਣੀ ਹੋਣੀ ਹੈ, ਤੇ ਉਹਦਾ ਫਾਇਦਾ ਜਿਹੜਾ ਹੈ ਆਮ ਤੌਰ ਤੇ ਤੁਸੀਂ ਦੇਖੋ ਵੀ ਕਾਂਗਰਸ ਵਾਲਿਆਂ ਨੂੰ ਹੋਏਗਾ। ਬਹੁਤੀਆਂ ਸੀਟਾਂ ਤੇ ਉਹੀ ਲੈ ਕੇ ਜਾਣਗੇ, ਪਰ ਕੁਝ ਇੱਕ ਸੀਟਾਂ ਦੇ ਉੱਤੇ ਫਸਵੇਂ ਮੁਕਾਬਲੇ ਜਿਹੜੇ ਹੋਣ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ। ਇੱਕ ਦੋ ਸੀਟਾਂ ਅਕਾਲੀ ਵੀ ਲੈ ਜਾ ਸਕਦੇ ਨੇ, ਪਰ ਭਾਜਪਾ ਦੇ ਪੱਲੇ ਪੰਜਾਬ ਦੇ ਵਿੱਚੋਂ ਕੋਈ ਸੀਟ ਪੈਣ ਦੀ ਸੰਭਾਵਨਾ ਜਿਹੜੀ ਹੈ ਇਸ ਵੇਲੇ ਗਿਣੀ ਜਾ ਰਹੀ ਹੈ ਵੀ ਕੋਈ ਸੰਭਾਵਨਾ ਨਹੀਂ ਹੈ। ਅੰਮ੍ਰਿਤਸਰ ਉਹਦੇ ਕੋਲ ਹੈ, ਗੁਰਦਾਸਪੁਰ ਉਹਦੇ ਕੋਲ ਹੈ, ਹੁਸ਼ਿਆਰਪੁਰ ਉਹਦੇ ਕੋਲ ਹੈ, ਤਿੰਨ ਸੀਟਾਂ ਨੇ ਜਿਹਨਾਂ ਦੇ ਉੱਤੇ ਮੁਕਾਬਲਾ ਹੋਣਾ। ਇਹਨਾਂ ਦੇ ਵਿੱਚੋਂ ਸਿਰਫ ਜਿਹੜੀ ਹੁਸ਼ਿਆਰਪੁਰ ਵਾਲੀ ਸੀਟ ਹੈ ਉਹਦੇ ਉੱਤੇ ਸਾਬਕਾ ਪ੍ਰਧਾਨ ਭਾਜਪਾ ਦੇ ਸਾਂਪਲਾ ਜੀ ਉਹ MP ਨੇ, ਦੂਸਰੀ ਗੁਰਦਾਸਪੁਰ ਦੀ ਤੇ ਅੰਮ੍ਰਿਤਸਰ ਦੀ ਸੀਟ ਤਾਂ ਪਹਿਲਾਂ ਹੀ ਕਾਂਗਰਸੀਆਂ ਨੇ ਆਪਣੇ ਪੱਲੇ ਦੇ ਪਾਲੇ ਦੇ ਹੈ। ਫਿਰ ਕਾਂਗਰਸ ਜਿਹੜੀ ਹੈ ਉਹ ਜੇਤੂ ਦਿਸਦੀ ਹੈ, ਪਰ ਇੱਧਰ ਮੁਕਾਬਲਾ ਹੋਣ ਦੀ ਹੁਸ਼ਿਆਰਪੁਰ ਵਾਲੇ ਸੀਟ ਤੇ ਸੰਭਾਵਨਾ ਹੈ। ਬਾਕੀ ਥਾਵਾਂ ਦੇ ਉੱਤੇ ਇੱਕ ਦੋ ਸੀਟਾਂ ਜਿਹੜੀਆਂ ਅਕਾਲੀ ਲਿਜਾ ਸਕਦੇ ਨੇ, ਕਿਉਂਕਿ ਅਕਾਲੀਆਂ ਦਾ ਜਿਸ ਢੰਗ ਦੇ ਨਾਲ ਬੁਰਾ ਹਾਲ ਉਸ ਉਹਨਾਂ ਕੋਟਕਪੂਰਾ ਦੀ ਘਟਨਾ ਕਰਕੇ ਹੋਇਆ ਹੈ, ਉਸ ਦਾ ਹਾਲੇ ਤੱਕ ਸਹਿੰਦਾ ਸਹਿੰਦਾ ਅਸਰ ਵੀ ਜਿਹੜਾ ਉਹ ਦੇਖਣ ਨੂੰ ਨਹੀਂ ਮਿਲ ਰਿਹਾ। ਆਪ ਬਹੁਤ ਹੀ ਕੜੱਤਣ ਹੈ ਲੋਕਾਂ ਦੇ ਵਿੱਚ ਔਰ ਅਕਾਲੀਆਂ ਨੂੰ ਵੋਟ ਪਾਉਣ ਲਈ ਲੋਕੀ ਆਮ ਤੌਰ ਤੇ ਤਿਆਰ ਨਹੀਂ। ਪਰ ਦੂਜੇ ਪਾਸੇ ਗੱਲ ਇਹ ਵੀ ਹੈ ਕਿ ਕਾਂਗਰਸ ਨੇ ਵੀ ਆਪਣੇ ਢੰਗ ਦੇ ਨਾਲ ਉਹਨਾਂ ਸਾਰੇ ਫੈਸਲਿਆਂ ਨੂੰ ਲਾਗੂ ਨਹੀਂ ਕੀਤਾ ਜਿਹੜੇ ਉਸਨੇ ਆਪਣੇ ਆਪ ਲਏ ਸਨ, ਵਾਅਦੇ ਉਹਨਾਂ ਨੇ ਕੀਤੇ ਸਨ, ਉਹਦੇ ਕਰਕੇ ਰਿਜੈਂਟਮੈਂਟ ਵੀ ਆ। ਕੱਲ ਦੇਖੋ ਨਾ ਜੀ, ਮੁਲਾਜ਼ਮਾਂ ਨੂੰ ਖੁਸ਼ ਕਰਨ ਦੀ ਕੁਝ ਇੱਕ ਗੱਲ ਤਾਂ ਕੀਤੀ ਗਈ, ਕੱਚਿਆਂ ਨੂੰ ਪੱਕੇ ਕਰਨ ਦੀ ਗੱਲ ਹੋਈ ਹੈ, ਪਰ ਪਟਿਆਲੇ ਦੇ ਵਿੱਚ ਦੋ ਨਰਸਾਂ ਨੇ ਛੱਤ ਦੇ ਉੱਤੋਂ ਸ਼ਾਇਦ ਹਸਪਤਾਲ ਦੀ ਛੱਤ ਦੇ ਉੱਤੋਂ ਛਾਲ ਮਾਰ ਦਿੱਤੀ, ਉਹਨਾਂ ਦੀ ਸਥਿਤੀ ਬੜੀ ਨਾਜ਼ੁਕ ਹੋਈ ਹੈ। ਤੋ ਏਦਾਂ ਦੀਆਂ ਗੱਲਾਂ ਕਰਕੇ ਹੁਣ ਵਾਲੀ ਅਮਰਿੰਦਰ ਸਿੰਘ ਸਰਕਾਰ ਵੀ ਲੋਕਾਂ ਦੇ ਨਿਸ਼ਾਨੇ ਤੇ ਆਈ ਹੋਈ ਹੈ, ਤੇ ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਹੋ ਸਕਦਾ ਵੀ ਕੁਝ ਇੱਕ ਥਾਵਾਂ ਤੇ ਇਸ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਵੇ, ਕਿਉਂਕਿ ਇਹਦੇ ਵਿੱਚ ਵੀ ਕਾਂਗਰਸ ਦੀ ਆਪਸ ਵਿੱਚ ਵੀ ਬਹੁਤ ਕਾਟੋ ਕਲੇਸ਼ ਬਣਿਆ ਹੋਇਆ। ਬਹੁਤ ਸਾਰੇ ਲੋਕ ਜਿਹੜੇ ਨੇ ਸੀਟਾਂ ਦੇ ਦਾਅਵੇਦਾਰ ਬਣਦੇ ਜਾ ਰਹੇ ਨੇ, ਇੱਕ ਇੱਕ ਸੀਟ ਦੇ ਉੱਤੇ 10-10 ਕਾਂਗਰਸੀਆਂ ਨੇ ਅਪਲਾਈ ਕੀਤਾ ਹੋਇਆ ਕਿਹਨੂੰ ਸੀਟ ਮਿਲਦੀ ਆ, ਤੇ ਅੱਗੋਂ ਕੇਸ ਢੰਗ ਦੇ ਨਾਲ ਸਾਰੀ ਇਲੈਕਸ਼ਨ ਕੰਪੇਨ ਚੱਲਦੀ ਆ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਬਿਲਕੁਲ, ਪਰ ਇਸ ਵੇਲੇ ਅਕਾਲੀ ਭਾਜਪਾ ਦੀ ਸਥਿਤੀ ਜਿਹੜੀ ਹੈ ਪੰਜਾਬ ਵਿੱਚ ਚੰਗੀ ਨਹੀਂ ਹੈ, ਪਰ ਇਹ ਚੰਗੀ ਗੱਲ ਹੋ ਗਈ ਵੀ ਅਕਾਲੀ ਭਾਜਪਾ ਵਾਲਿਆਂ ਨੇ ਆਪਸ ਵਿੱਚ ਉਸੇ ਫੈਸਲੇ ਨੂੰ ਪਹਿਲੇ ਨੂੰ ਲਾਗੂ ਕਰ ਲਿਆ ਜਿਹੜਾ ਕਿ ਉਹਨਾਂ ਦੇ 2014 ਵਿੱਚ ਕੀਤਾ ਸੀ, 10 ਸੀਟਾਂ ਅਕਾਲੀਆਂ ਕੋਲ ਤੇ 3 ਸੀਟਾਂ ਜਿਹੜੀਆਂ ਭਾਜਪਾ ਦੇ ਪੱਲੇ ਰਹਿ ਗਈਆਂ ਨੇ। ਜੀ, ਪਾਕਿਸਤਾਨ ਵੱਲੋਂ ਫੜੇ ਗਏ 에ਅਰਫੋਰਸ ਪਾਇਲਟ ਅਭਿਨੰਦਨ ਦੀ ਰਿਹਾਈ ਹੋ ਗਈ ਹੈ, ਕੀ ਇਹ ਰਿਹਾਈ ਪਾਕਿਸਤਾਨ ਨੇ ਮਜਬੂਰੀ ਚ ਕੀਤੀ ਹੈ? ਬਿਲਕੁਲ ਮਜਬੂਰੀ ਵਿੱਚ ਕੀਤੀ ਹੈ, ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਅਭਿਨੰਦਨ ਨੇ ਇੱਕ ਚੰਗੀ ਦੇਸ਼ ਭਗਤ ਦੇ ਤੌਰ ਤੇ ਆਪਣਾ ਬਿੰਬ ਜਿਹੜਾ ਹੈ ਪਾਕਿਸਤਾਨ ਦੇ ਵਿੱਚ ਰੱਖਿਆ। ਭੀੜ ਜਿਸ ਵੇਲੇ ਪਾਕਿਸਤਾਨ ਦੀ ਦੋ ਜਹਾਜ਼ਾਂ ਨੇ ਹਿੰਦੁਸਤਾਨ ਦੀ ਸਰਹੱਦ ਨੂੰ ਪਾਰ ਕੀਤਾ ਤੇ ਇੱਥੋਂ ਦੀ ਜਿਹੜੇ ਹਵਾਈ ਜਹਾਜ਼ ਸਨ ਉਹਨਾਂ ਦਾ ਪਿੱਛਾ ਕੀਤਾ, ਤੇ ਉਸ ਪਿੱਛਾ ਕਰਨ ਦੇ ਮਾਮਲੇ ਦੇ ਵਿੱਚ ਇੱਕ ਹਵਾਈ ਜਹਾਜ਼ ਸਾਡਾ ਉੱਥੇ ਡਿੱਗ ਪਿਆ, ਉਸ ਦਾ ਜਿਹੜਾ ਪਾਇਲਟ ਆ ਉਹ ਆਪਣੀ ਛਤਰੀ ਦੇ ਨਾਲ ਥੱਲੇ ਉਤਰਿਆ, ਉੱਥੇ ਲੋਕਾਂ ਦੇ ਘੇਰੇ ਵਿੱਚ ਆ ਗਿਆ, ਲੋਕਾਂ ਨੇ ਮਾਰਿਆ ਕੁੱਟਿਆ, ਫੌਜ ਦੇ ਕਾਬੂ ਆ ਗਿਆ। ਫੌਜ ਨੇ ਉਸ ਦੇ ਨਾਲ ਸੁਣਨ ਦੇ ਵਿੱਚ ਆਉਂਦਾ ਹੈ ਔਰ ਉਹਦੀ ਵੀਡੀਓ ਵੀ ਵਾਇਰਲ ਹੋਈ ਆ ਵੀ ਚੰਗਾ ਸਲੂਕ ਕੀਤਾ, ਪਰ ਉਸ ਸ਼ੇਰ ਪੁੱਤਰ ਨੇ ਆਪਣੇ ਬਾਰੇ ਕੋਈ ਇਹੋ ਜਿਹੀ ਗੱਲ ਉੱਥੇ ਉਹਨਾਂ ਨੂੰ ਦੱਸਣ ਦਾ ਯਤਨ ਨਹੀਂ ਕੀਤਾ ਜਿਹੜੀ ਕਿ ਸੀਕਰਟ ਸੀ। ਉਸਨੇ ਆਪਣੇ ਕਾਗਜ਼ ਜਿਹੜੇ ਸੀ ਉਹ ਵੀ ਉੱਥੇ ਬਾਬੇ ਤਲਾਅ ਦੇ ਵਿੱਚ ਸੁੱਟ ਕੇ ਭੇਜ ਦਿੱਤੇ ਔਰ ਕੁਝ ਉਹਨੇ ਆਪਣੇ ਆਪ ਨਿਕਲ ਲਏ। ਪਰ ਦੇਖੋ ਇੱਕ ਗੱਲ ਇਹ ਕਿ ਭਾਰਤ ਦੀ ਪ੍ਰੈਸ ਨੇ ਉਹਦੇ ਬਾਰੇ ਲਗਾਤਾਰ ਜਾਣਕਾਰੀਆਂ ਜਿਹੜੀਆਂ ਆ ਉਹ ਪੇਸ਼ ਕਰਤੀਆਂ, ਜਿਹੜੀਆਂ ਜਾਣਕਾਰੀਆਂ ਪਾਕਿਸਤਾਨ ਦੀ ਸਰਕਾਰ ਲੈਣਾ ਚਾਹੁੰਦੀ ਸੀ। ਉਹਦੇ ਬਾਰੇ ਵੀ ਉਹ ਕੌਣ ਹੈ, ਉਹਦਾ ਪਿਓ ਕੌਣ ਹੈ, ਉਹ ਕਿੱਥੋਂ ਦਾ ਰਹਿਣ ਵਾਲਾ, ਕਿਹੜੇ ਕਿਸਮ ਦਾ ਜਹਾਜ਼ ਚਲਾਉਂਦਾ ਸੀ, ਕਿਹੜੇ ਕੰਮ ਲਈ ਉਸ ਦੀ ਡਿਊਟੀ ਲੱਗੀ ਸੀ, ਇਹ ਸਾਰਾ ਕੁਝ ਜਿਹੜਾ ਹੈ ਭਾਰਤੀ ਪ੍ਰੈਸ ਦੇ ਆ ਜਿਹੜੇ ਡਰਾਮੇਬਾਜ਼
ਟੈਲੀਵਿਜ਼ਨ ਵਾਲੇ ਚੈਨਲਾਂ ਵਾਲੇ ਨੇ ਲਗਾਤਾਰ ਜਿਹੜੇ ਫਜ਼ੂਲ ਕਿਸਮ ਦੀਆਂ ਗੱਲਾਂ ਕਰਦੇ ਨੇ, ਜਿਹਨਾਂ ਨੂੰ ਇਸ ਗੱਲ ਦਾ ਇਲਮ ਵੀ ਨਹੀਂ ਕਿ ਉਹਨਾਂ ਨੇ ਕੁਝ ਇੱਕ ਗੱਲਾਂ ਸੀਕ੍ਰੇਟ ਰੱਖਣੀਆਂ ਹੁੰਦੀਆਂ ਨੇ ਤੇ ਕੁਝ ਇੱਕ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਕੋਲ ਪਾਕਿਸਤਾਨ ਵਾਲਿਆਂ ਦੇ ਕੋਲ ਨਹੀਂ ਜਾਣੀਆਂ ਚਾਹੀਦੀਆਂ, ਪਰ ਇਹਨਾਂ ਨੇ ਸਾਰਾ ਕੁਝ ਉਹਨਾਂ ਨੂੰ ਥਾਲੀ ਵਿੱਚ ਪਰੋਸ ਕੇ ਦੇ ਦਿੱਤਾ। ਹੁਣ ਉਸ ਜਿਹੜਾ ਪਾਇਲਟ ਹੈ ਉਸਦੀ ਰਿਹਾਈ ਹੋ ਗਈ ਆ, ਉਹ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਲੈਂਡ ਕਰ ਗਿਆ, ਅੱਗੋਂ ਆਪਣੇ ਥਾਂ ਤੇ ਚਲੇ ਜਾਏਗਾ। ਪਰ ਇਹ ਸਾਰਾ ਕੁਝ ਤਦੇ ਸੰਭਵ ਹੋ ਸਕਿਆ ਵੀ ਇੱਕ ਤਾਂ ਜਨੇਵਾ ਸਮਝੌਤੇ ਦੇ ਤਹਿਤ ਕਿਸੇ ਵੀ ਕੈਦੀ ਨੂੰ ਉਸ ਦੇਸ਼ ਦੇ ਕੋਲ ਵਾਪਸ ਭੇਜਣਾ ਹੁੰਦਾ, ਸਮਾਂ ਪਾਵਾਂ ਕੁਝ ਵੱਧ ਵੀ ਲੱਗ ਜਾਂਦਾ। ਹੁਣ ਤਾਂ ਕੱਲ ਇਮਰਾਨ ਖਾਨ ਨੇ ਆਪ ਕਹਿ ਦਿੱਤਾ ਵੀ ਭਾਈ ਅਸੀਂ ਇਸ ਨੂੰ ਰਿਹਾ ਕਰਦੇ ਹਾਂ, ਕਿਉਂਕਿ ਇੰਟਰਨੈਸ਼ਨਲ ਤੌਰ ਤੇ ਦਬਾਅ ਇਸ ਕਿਸਮ ਦਾ ਬਣ ਚੁੱਕਾ ਸੀ ਜੀ ਜੀ ਬਿਲਕੁਲ ਕਿ ਭਾਰਤ ਨੇ ਜਿਹੜੀ ਕਾਰਵਾਈ ਕੀਤੀ ਹੈ ਅੱਤਵਾਦੀਆਂ ਦੇ ਉੱਤੇ ਕੀਤੀ ਹੈ, ਪਰ ਪਾਕਿਸਤਾਨ ਨੇ ਜਿਹੜਾ ਹਮਲਾ ਕੀਤਾ ਹੈ ਹਵਾਈ ਹਮਲਾ, ਉਹ ਪਾਕਿਸਤਾਨ ਦੀ ਸਰਹੱਦ ਲੰਘ ਕੇ ਇਹਨਾਂ ਦੇ ਦੇਸ਼ ਦੇ ਉੱਤੇ ਹਮਲਾ ਕੀਤਾ ਹੈ। ਦੋਹਾਂ ਗੱਲਾਂ ਦਾ ਫਰਕ ਸੀ, ਇਸੇ ਫਰਕ ਕਰਕੇ ਇੰਟਰਨੈਸ਼ਨਲ ਪੱਧਰ ਤੇ ਪਾਕਿਸਤਾਨ ਨੂੰ ਬਹੁਤ ਉਹਦੀ ਰੋਏ ਹੋਏ ਹੋਈ ਹੈ। ਇਸੇ ਕਰਕੇ ਉਸ ਨੂੰ ਇਹ ਗੱਲ ਦਾ ਫੈਸਲਾ ਲੈਣਾ ਪਿਆ ਕਿ ਇਸ ਪਾਇਲਟ ਨੂੰ ਜਿਹੜਾ ਹੈ ਬਾ ਇੱਜ਼ਤ ਆਪਣੇ ਦੇਸ਼ ਭੇਜ ਦਿੱਤਾ ਜਾਏ। ਅਸਲ ਮਹੀਨਿਆਂ ਦੇ ਵਿੱਚ ਤਾਂ ਇੰਨਾ ਜ਼ਿਆਦਾ ਸਟ੍ਰੈਸ ਦੇ ਵਿੱਚ ਹੈ ਇਮਰਾਨ ਖਾਨ, ਇੰਨਾ ਜ਼ਿਆਦਾ ਸਟ੍ਰੈਸ ਦੇ ਵਿੱਚ ਹੈ ਉੱਥੋਂ ਦੀ ਫੌਜ ਕਿ ਉਸ ਨੂੰ ਇਸ ਗੱਲ ਦਾ ਫੈਸਲਾ ਜਿਹੜਾ ਹੈ ਦਬਾਅ ਦੇ ਵਿੱਚ ਲੈਣਾ ਪਿਆ। ਔਰ ਮੈਂ ਸਮਝਦਾ ਵੀ ਪਿਛਲੇ ਦਿਨਾਂ ਦੇ ਵਿੱਚ ਭਾਰਤ ਦੀ ਸਰਕਾਰ ਨੇ ਡਿਪਲੋਮੈਟਿਕ ਢੰਗ ਦੇ ਨਾਲ ਸਾਰੇ ਦੇਸ਼ਾਂ ਦੇ ਕੋਲ ਆਪਣਾ ਪੱਖ ਜਿਹੜਾ ਹੈ ਬਾਖੂਬੀ ਪੇਸ਼ ਕੀਤਾ, ਉਹਦਾ ਸਿੱਟਾ ਹੈ ਕਿ ਉਹਦੇ ਉੱਤੇ ਪ੍ਰੈਸ਼ਰ ਪਿਆ ਪਾਕਿਸਤਾਨ ਦੇ ਉੱਤੇ ਤੇ ਉਸ ਨੂੰ ਮਜਬੂਰ ਹੋ ਕੇ ਸ਼ਾਂਤੀ ਦੀ ਅਪੀਲ ਵੀ ਕਰਨੀ ਪਈ ਔਰ ਪਾਇਲਟ ਨੂੰ ਵੀ ਰਿਹਾ ਕਰਨਾ ਪਿਆ। ਬਿਲਕੁਲ, ਭਾਰਤ ਪਾਕਿਸਤਾਨ 'ਚ ਬਿਨਾਂ ਕਿਸੇ ਐਲਾਨ ਤੋਂ ਹੀ ਜੰਗ ਛਿੜ ਗਈ, ਪਰ ਇਮਰਾਨ ਖਾਨ ਨੇ ਦੁਬਾਰਾ ਅਮਨ ਦੀ ਅਪੀਲ ਕੀਤੀ ਹੈ। ਕੀ ਲੱਗਦਾ ਹੈ, ਜੰਗ ਹੋ ਕੇ ਰਹੇਗੀ ਜਾਂ ਟਲ ਸਕਦੀ ਹੈ? ਦੇਖੋ, ਹੁਣ ਤਾਂ ਲੋਕ ਇਹ ਗੱਲ ਕਹਿਣ ਲੱਗ ਪਏ ਨੇ ਵੀ ਇਹ ਤਾਂ ਕੋਈ ਨਾ ਕੋਈ ਕਿਤੇ ਨਾ ਕਿਤੇ ਸਮਝੌਤਾ ਆ ਜਿਹਦੇ ਕਰਕੇ ਇਹ ਜੰਗ ਦੇ ਬੱਦਲ ਜਿਹੜੇ ਆ ਗੜਗੜ ਕਰਦੇ ਹਿੰਦੁਸਤਾਨ ਦੇ ਵਿੱਚ ਲੈ ਆਉਂਦੇ ਗਏ ਨੇ। ਅਸਲ ਵਿੱਚ ਤਾਂ 2019 ਦੀ ਚੋਣ ਹੈ ਜਿਹਦੇ ਕਰਕੇ ਇੰਨਾ ਜ਼ਿਆਦਾ ਵੱਡਾ ਖਲਾਰਾ ਪੈਣ ਦੀ ਗੱਲ ਹੋ ਰਹੀ ਹੈ। ਦੇਖੋ, ਇੱਕ ਜੰਗ ਦੀ ਸਥਿਤੀ ਬਣ ਗਈ ਸੀ, ਬਣ ਇਸ ਕਰਕੇ ਗਈ ਸੀ ਕਿ ਸਾਡੇ ਲੋਕਾਂ ਨੇ ਅੱਤਵਾਦ ਵਾਲੇ ਥਾਂ ਦੇ ਉੱਤੇ ਲਗਾਤਾਰ ਉੱਥੇ ਹਮਲੇ ਕੀਤੇ। 100-1000 ਕਿਲੋ ਦੇ ਜਿਹੜੇ ਬੰਬ ਆ ਉੱਥੇ ਬਹੁਤ ਸਾਰੇ ਸੁੱਟੇ ਗਏ। ਪਰ ਸਵਾਲ ਉੱਥੇ ਇਹ ਵੀ ਉੱਠਣ ਲੱਗ ਪਿਆ ਹੁਣ ਵੀ ਉਹ ਜਿਹੜੇ ਲੋਕ 300 ਮਰੇ ਨੇ, 350 ਮਰੇ ਨੇ, ਉਹਨਾਂ ਦੀਆਂ ਲਾਸ਼ਾਂ ਕਿੱਥੇ ਨੇ? ਜਦ ਇੱਥੇ 40 ਲਾਸ਼ਾਂ ਮਿਲ ਗਈਆਂ ਤੇ ਉੱਥੇ ਲਾਸ਼ਾਂ ਕਿਉਂ ਨੀ ਮਿਲੀਆਂ? ਇਹ ਸਵਾਲ ਵੀ ਉੱਠਣ ਲੱਗ ਪਏ ਨੇ। ਪਰ ਨਾਲ ਦੀ ਨਾਲ ਇਹ ਆ ਵੀ ਸਥਿਤੀ ਕਿਉਂਕਿ ਇਸ ਕਿਸਮ ਦੀ ਬਣ ਗਈ, ਪਾਕਿਸਤਾਨ ਨੇ ਇਹ ਸਮਝਿਆ ਵੀ ਸਾਡੀ ਲਾਈਨ ਆਫ ਐਕਸ਼ਨ ਨੂੰ ਇਹਨਾਂ ਨੇ ਪਾਰ ਕੀਤਾ ਹੈ, ਅਸੀਂ ਇਹਨਾਂ ਦੇ ਉੱਤੇ ਬਰਾਬਰ ਤੇ ਉੱਥੋਂ ਦੇ ਲੋਕਾਂ ਦੀ ਮੰਗ ਦੇ ਉੱਤੇ ਹਮਲਾ ਕਰਨਾ। ਉੱਥੋਂ ਦੀ ਪਾਰਲੀਮੈਂਟ ਜਿਹੜੀ ਆ ਇਮਰਾਨ ਖਾਨ ਨੂੰ ਸ਼ੇਮ ਸ਼ੇਮ ਕਰਨ ਲੱਗ ਪਈ ਸੀ, ਉਹਨਾਂ ਨੇ ਹਮਲਾ ਕੀਤਾ। ਔਰ ਚੌਂਕੀਆਂ ਦੇ ਉੱਤੇ ਲਗਾਤਾਰ ਜੰਮੂ ਖੇਤਰ ਦੇ ਵਿੱਚ ਹਮਲੇ ਜਿਹੜੇ ਨੇ ਹੋਏ ਨੇ, 5 ਚੌਂਕੀਆਂ ਤਬਾਹ ਵੀ ਪਾਕਿਸਤਾਨ ਦੀਆਂ ਕਰ ਦਿੱਤੀਆਂ ਗਈਆਂ। ਪਰ ਇਹ ਸਾਰੇ ਕੁਝ ਦੇ ਸੰਦਰਭ ਦੇ ਵਿੱਚ ਦੋਹਾਂ ਮੁਲਕਾਂ ਦੇ ਜਿਹੜੇ ਲੋਕ ਨੇ ਉਹ ਕਿਸੇ ਕਿਸਮ ਦੀ ਜੰਗ ਨਹੀਂ ਚਾਹੁੰਦੇ, ਖਾਸ ਤੌਰ ਤੇ ਪੰਜਾਬ ਦੇ ਲੋਕ ਤਾਂ ਬਿਲਕੁਲ ਜੰਗ ਨਹੀਂ ਚਾਹੁੰਦੇ। ਤੇ ਸਥਿਤੀ ਵੀ ਏਦਾਂ ਦੀ ਹੈ, ਹਾਲ ਦੀ ਘੜੀ ਕੰਟਰੋਲ ਵਿੱਚ ਆ ਗਈ, ਇੱਕ ਨਵੀਂ ਮਤਲਬ ਹਵਾ ਦਾ ਰੌਣਕਾ ਜਿਹੜਾ ਆਇਆ ਹੈ ਇਸ ਪਾਇਲਟ ਨੂੰ ਰਿਹਾ ਕਰਨ ਦੇ ਨਾਲ, ਉਸ ਦੇ ਨਾਲ ਸਥਿਤੀ ਜਿਹੜੀ ਹੈ ਕੁਝ ਚੰਗੀ ਹੋ ਜਾਏਗੀ। ਇਮਰਾਨ ਖਾਨ ਬਿਲਕੁਲ ਘਬਰਾ ਗਿਆ, ਡਿਪਲੋਮੈਟ ਜਿਹੜੀਆਂ ਕਾਰਵਾਈਆਂ ਹਿੰਦੁਸਤਾਨ ਨੇ ਪੂਰੇ ਵਿਸ਼ਵ ਭਰ ਦੇ ਵਿੱਚ ਕੀਤੀਆਂ ਨੇ ਉਹਨਾਂ ਤੋਂ, ਉਹਨਾਂ ਦੀ ਫੌਜ ਵੀ ਘਬਰਾ ਗਈ। ਹਿੰਦੁਸਤਾਨ ਦੀ ਜਿਹੜੀ ਐਡੀ ਵੱਡੀ ਪਾਵਰ ਹੈ ਉਸ ਨੂੰ ਦੇਖ ਕੇ, ਤੇ ਇਸ ਕਰਕੇ ਪਹਿਲੇ ਦਿਨ ਉਹਨਾਂ ਨੇ ਅਪੀਲ ਕੀਤੀ, ਪਰ ਨਾਲੇ ਵੀ ਕਿਹਾ ਵੀ ਅਸੀਂ ਜੰਗ ਲੜਨ ਨੂੰ ਤਿਆਰ ਹਾਂ। ਦੂਜੇ ਦਿਨ ਫਿਰ ਉਹਨਾਂ ਨੇ ਅਪੀਲ ਕੀਤੀ, ਫਿਰ ਜੰਗ ਲੜਨ ਦੀ ਗੱਲ ਜਿਹੜੀ ਆ ਉਹ ਉਹਨਾਂ ਨੇ ਕੱਟ ਲਈ। ਅਪੀਲ ਕੀਤੀ ਵੀ ਅਸੀਂ ਬੈਠ ਕੇ ਗੱਲ ਕਰਨ ਨੂੰ ਤਿਆਰ ਹਾਂ, ਪਰ ਉਹਨਾਂ ਨੇ ਪੁਲਵਾਮਾ ਹਮਲੇ ਦੇ ਮਾਮਲੇ ਤੇ ਚੁੱਪੀ ਸਾਧੀ ਰੱਖੀ। ਤੇ ਤੀਜੀ ਫਿਰ ਅਪੀਲ ਕੀਤੀ, 3 ਅਪੀਲਾਂ ਹੁਣ ਤਾਈਂ ਇਮਰਾਨ ਖਾਨ ਨੇ ਕੀਤੀਆਂ ਨੇ। ਉਹਦੇ ਵਿੱਚ ਉਹਨੇ ਕਿਹਾ ਵੀ ਸਾਨੂੰ ਬੜਾ ਦੁੱਖ ਆ, 12 ਦਿਨਾਂ ਬਾਅਦ ਕਿਹਾ ਕਿ ਪੁਲਵਾਮਾ ਵਰਗਾ ਕਾਂਡ ਵਾਪਰਿਆ ਹੈ, ਪਰ ਉਹਨੇ ਅੱਤਵਾਦ ਦੀਆਂ ਕਾਰਵਾਈਆਂ ਦੀ ਨਿੰਦਾ ਨਹੀਂ ਕੀਤੀ। ਉਹਨੇ ਇਹੋ ਗੱਲ ਕਹਿਤੀ ਤੇ ਦੂਜੀ ਗੱਲ ਉਹਨੇ ਇਹ ਕਹਿਤੀ ਵੀ ਅਸੀਂ ਹਿੰਦੁਸਤਾਨ ਦਾ ਜਿਹੜਾ
ਪਾਇਲਟ ਹੈ ਉਸ ਨੂੰ ਰਿਹਾ ਕਰਨ ਦਾ ਐਲਾਨ ਕਰਦੇ ਹਾਂ। ਇਹ ਗੱਲ ਉਹਨਾਂ ਨੇ ਪਾਕਿਸਤਾਨ ਦੀ ਪਾਰਲੀਮੈਂਟ ਦੇ ਵਿੱਚ ਕੀਤੀ, ਦਬਾਅ ਹੇਠ ਕੀਤੀ, ਡਿਪਲੋਮੈਟਿਕ ਦਬਾਅ ਹੇਠ ਕੀਤੀ, ਅੰਤਰਰਾਸ਼ਟਰੀ ਦਬਾਅ ਹੇਠ ਕੀਤੀ। ਸੋ ਇਸ ਕਰਕੇ ਇਸ ਵੇਲੇ ਸੰਭਾਵਨਾ ਇਸ ਗੱਲ ਦੀ ਆ ਵੀ ਸ਼ਾਇਦ ਜੰਗ ਤਾਂ ਨਾ ਲੱਗੇ ਪਰ ਥੋੜੀ ਬਹੁਤੀ ਜਿਹੜੀ ਆਪਸ ਵਿੱਚ ਗਰਮਾਹਟ ਹੈ ਦੋਹਾਂ ਸਰਹੱਦਾਂ ਦੇ ਇੱਧਰ ਵੀ ਬੈਠੇ ਤੇ ਉੱਧਰ ਵੀ ਬੈਠੇ ਲੋਕਾਂ ਦੇ ਵਿੱਚ ਫੌਜਾਂ ਦੇ ਵਿੱਚ ਉਹ ਲਗਾਤਾਰ ਹਾਲੇ ਕੁਝ ਦਿਨ ਹੋਰ ਰਹਿਣ ਦੀ ਸੰਭਾਵਨਾ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਜੀ। ਭਾਰਤ ਪਾਕ ਸਰਹੱਦ ਤੇ ਤਣਾਅਪੂਰਨ ਹਾਲਾਤ ਦੇ ਚੱਲਦਿਆਂ ਕਾਂਗਰਸ ਸਮੇਤ 21 ਵਿਰੋਧੀ ਦਲਾਂ ਨੇ ਕਿਹਾ ਕਿ ਸ਼ਹੀਦਾਂ ਦੇ ਬਲੀਦਾਨ ਦਾ ਰਾਜਨੀਤੀਕਰਨ ਹੋ ਰਿਹਾ। ਕੀ ਜੰਗ ਵਰਗੀ ਸਥਿਤੀ 'ਚ ਇਲੈਕਸ਼ਨ ਹੋ ਸਕਦੇ ਆ? ਦੇਖੋ ਗੱਲ ਇਹ ਹੈ ਜਿਹੜੀ ਗੱਲ ਮੈਂ ਪਹਿਲਾਂ ਵੀ ਕੀਤੀ ਵੀ ਅੱਵਲ ਤਾਂ ਜੰਗ ਹੋਣੀ ਨਹੀਂ, ਪਰ ਜੇ ਜਿੱਦਾਂ ਦੀ ਸਥਿਤੀ ਬਣ ਗਈ ਆ ਦੋਹਾਂ ਪਾਸਿਆਂ ਵੱਲੋਂ ਜਿੱਤ ਕੀਤੀ ਜਾਣ ਲੱਗ ਪੈਗੀ ਤੇ ਉਸ ਹਾਲਤ ਵਿੱਚ ਜੰਗ ਲੱਗਣ ਦੀ ਸੰਭਾਵਨਾ ਹੋ ਜਾਏਗੀ। ਜਿਸ ਵੇਲੇ ਜੰਗ ਦੀ ਗੱਲ ਹੋ ਜਾਏਗੀ ਤੇ ਚੋਣਾਂ ਜਿਹੜੀਆਂ ਨੇ ਅੱਗੋਂ ਪਾ ਦਿੱਤੀਆਂ ਜਾਣਗੀਆਂ। ਜੇ ਤਾਂ ਜੰਗ ਲੱਗਦੀ ਹੈ ਤੇ ਚੋਣਾਂ ਨਹੀਂ ਹੋ ਸਕਣਗੀਆਂ। ਪਰ ਦੂਜੇ ਪਾਸੇ ਇੱਕ ਜਿਹੜੀ ਵਿਸ਼ੇਸ਼ ਗੱਲ ਹੈ ਇਹਦੇ ਵਿੱਚ ਵੀ 21 ਪਾਰਟੀਆਂ ਨੇ ਆਪਣੇ ਭਾਰਤ ਭਰਤੀਆਂ ਜਿਹੜੀਆਂ ਇੱਕ ਪਲੇਟਫਾਰਮ ਤੇ ਕਲਕੱਤਾ ਵਿੱਚ ਪਹਿਲਾਂ ਇਕੱਠੀਆਂ ਹੋਈਆਂ ਸਨ, ਮੁੜ ਕੇ ਫਿਰ ਦਿੱਲੀ ਦੇ ਵਿੱਚ ਉਹਨਾਂ ਨੇ ਪਰਸੋਂ ਇੱਕ ਮੀਟਿੰਗ ਕੀਤੀ ਹੈ। ਇਹ ਮੀਟਿੰਗ ਕੀਤੀ ਤਾਂ ਸਿਰਫ ਇਸ ਕਰਕੇ ਸੀ ਵੀ ਮਿਨੀਮਮ ਪ੍ਰੋਗਰਾਮ ਦੇ ਉੱਤੇ ਅਸੀਂ ਇਕੱਠੇ ਹੋਣ ਦੀ ਗੱਲ ਜਿਹੜੀ ਆ ਕਰਨੀ ਹੈ, ਪਰ ਪੁਲਵਾਮਾ ਹਮਲੇ ਦੇ ਕਾਰਨ ਇਹਨਾਂ ਨੇ ਇਸ ਮੀਟਿੰਗ ਨੂੰ ਸ਼ਰਧਾਂਜਲੀ ਮੀਟਿੰਗ ਦੇ ਵਜੋਂ ਵਰਤਿਆ। ਔਰ ਇੱਕ ਗੱਲ ਪਰ ਉਹਨਾਂ ਨੇ ਬਿਆਨ ਵਜੋਂ ਕਹੀ ਵੀ ਭਾਈ ਜਿਹੜਾ ਪੁਲਵਾਮਾ ਦੇ ਵਿੱਚ ਹਮਲਾ ਹੋਇਆ ਉਸ ਤੋਂ ਬਾਅਦ ਹਵਾਈ ਫੌਜ ਨੇ ਉੱਥੇ ਜਾ ਕੇ ਉਹਦਾ ਬਦਲਾ ਲਿਆ, ਉਸ ਨੂੰ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਕਿਉਂਕਿ ਸਹੀ ਮਹੀਨੇ ਦੇ ਵਿੱਚ ਕੰਮ ਤਾਂ ਏਅਰਫੋਰਸ ਨੇ ਕੀਤਾ। ਉਸ ਨੇ ਆਪਣੇ ਦੇਖੋ ਆਪਣੇ ਦੋ ਜਹਾਜ਼ ਵੀ ਗਵਾ ਲਏ ਨੇ ਬਾਅਦ ਵਿੱਚ ਹਮਲੇ ਦੇ ਵਿੱਚ ਰਿਐਕਟ ਕਰਨ ਦੇ ਵੇਲੇ, ਤੇ ਉਸ ਹਾਲ ਦੇ ਵਿੱਚ ਉਹਦਾ ਜਿਹੜਾ ਉਹਦਾ ਇਮੇਜ ਜਿਹੜਾ ਹੈ ਏਅਰਫੋਰਸ ਦਾ ਬਣਨਾ ਚਾਹੀਦਾ ਨਾ ਕਿ ਭਾਜਪਾ ਦਾ। ਪਰ ਭਾਜਪਾ ਵਾਲਿਆਂ ਨੇ ਲਗਾਤਾਰ ਇਸ ਗੱਲ ਲਈ ਯਤਨ ਕੀਤਾ ਔਰ ਰੈਲੀਆਂ ਜਿਹੜੀਆਂ ਨੇ ਮੋਦੀ ਸਾਹਿਬ ਲਗਾਤਾਰ ਹਾਲੇ ਤੱਕ ਚੋਣ ਰੈਲੀਆਂ ਕਰੀ ਜਾ ਰਹੇ ਨੇ ਉਹਨਾਂ ਨੇ ਆਰੰਭ ਕੀਤੀਆਂ ਹੋਈਆਂ, ਜਦਕਿ ਬਹੁਤ ਸਾਰੇ ਇਹਨਾਂ ਵਿਰੋਧੀ ਦਲ ਦੇ ਨੇਤਾਵਾਂ ਨੇ ਕਿਹਾ ਵੀ ਇਸ ਕੰਮ ਨੂੰ 56 ਇੰਚ ਦੀ ਚੌੜੀ ਛਾਤੀ ਨੂੰ ਦਿਖਾ ਕੇ ਸਰਹੱਦਾਂ ਦੇ ਉੱਤੇ ਜਿਹੜੇ ਜਵਾਨ ਸਾਡੇ ਕੰਮ ਕਰ ਰਹੇ ਨੇ ਜਿਹੜੇ ਦਿਨ ਰਾਤ ਆਪਣੀ ਜਾਨ ਦੇ ਉੱਤੇ ਖੇਲ ਰਹੇ ਨੇ ਉਹਨਾਂ ਦੇ ਨਾਂ ਤੇ ਸਿਆਸਤ ਜਿਹੜੀ ਹੈ ਨਹੀਂ ਹੋਣੀ ਚਾਹੀਦੀ। ਇਹ ਗੱਲ ਜਿਹੜੀ ਹੈ 21 ਉਹਨਾਂ ਪਾਰਟੀਆਂ ਦੇ ਜਿਹੜੇ ਅਹੁਦੇਦਾਰ ਉੱਥੇ ਇਕੱਠੇ ਹੋਏ ਉਹਨਾਂ ਨੇ ਕੀਤੀ। ਨਵਾਂ ਸ਼ਹਿਰ ਦੀ ਸੈਸ਼ਨ ਅਦਾਲਤ ਵੱਲੋਂ ਕੁਝ ਕਿਤਾਬਾਂ ਪੰਪਲੇਟ ਤੇ ਤਸਵੀਰਾਂ ਬਰਾਮਦ ਹੋਣ ਦੇ ਆਧਾਰ ਤੇ 3 ਸਿੱਖ ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਕਿ ਇਸ ਸਜ਼ਾ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਤੇ ਹਮਲਾ ਕਿਹਾ ਜਾ ਰਿਹਾ? ਬਿਲਕੁਲ, ਇਹਨੂੰ ਵਿਚਾਰਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਜਿਹੜੀ ਹੈ ਸਾਡੇ ਸੰਵਿਧਾਨ ਦੇ ਵਿੱਚ ਇਹ ਗੱਲ ਦਰਜ ਆ। ਉਹ ਕਿਤਾਬਾਂ ਜਿਹੜੀਆਂ ਨੇ ਜਿਹੜੀਆਂ ਅਸੀਂ ਪੜ੍ਹਦੇ ਹਾਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਾਂ, ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਿਆਸੀ ਤੌਰ ਤੇ ਤਾਂ ਸਾਨੂੰ ਦੇਖਣ ਦੇ ਵਿੱਚ ਮਿਲ ਰਹੀਆਂ ਸੀ। ਦੇਖੋ ਭੀੜਾਂ ਦੇ ਵਿੱਚ ਆਵਾਜ਼ਾਂ ਜਿਹੜੀਆਂ ਖਤਮ ਕਰਤੀਆਂ ਗਈਆਂ, 6-7-10 ਪੱਤਰਕਾਰ ਪਿਛਲੇ 5-4 ਸਾਲਾਂ ਦੇ ਵਿੱਚ ਬੁਰੀ ਤਰ੍ਹਾਂ ਉਹਨਾਂ ਨੂੰ ਲਪੇਟ ਵਿੱਚ ਲਿਆ ਗਿਆ ਔਰ ਮਾਰ ਦਿੱਤੇ ਗਏ, ਬੁੱਧੀਜੀਵੀਆਂ ਦੇ ਕਤਲ ਵੀ ਕੀਤੇ ਗਏ ਕਿਉਂਕਿ ਉਹਨਾਂ ਦੇ ਵਿਚਾਰ ਜਿਹੜੇ ਨੇ ਉਹ ਹੁਣ ਵਾਲੀ ਹਾਕਮ ਜਮਾਤ ਦੇ ਨਾਲ ਨਹੀਂ ਸੀ ਮਿਲਦੇ, ਉਹਨਾਂ ਦੀ ਆਵਾਜ਼ ਨੂੰ ਬੰਦ ਕੀਤਾ ਗਿਆ। ਮੋਦੀ ਦੇ ਜਿੰਨੀਆਂ ਪ੍ਰੋਜੈਕਟ ਜਿਹੜੇ ਚੱਲਦੇ ਸੀ ਕੁੱਝ ਪੱਤਰਕਾਰਾਂ ਨੇ ਉਹਨਾਂ ਦੇ ਜਦੋਂ ਪੜਪਟੇ ਜਾਏ ਤਾਂ ਉਹਨਾਂ ਦੇ ਹੀ ਮੋਹਰਿਓਂ ਉਹਨਾਂ ਦੇ ਗੋਲੀਆਂ ਜਿਹੜੀਆਂ ਮਾਰ ਦਿੱਤੀਆਂ ਗਈਆਂ। ਬੀਬੀ ਜੀ ਇੱਕ ਉਦਾਹਰਣ ਹੈ ਪੱਤਰਕਾਰ ਦੀ ਜਿਸ ਨੂੰ ਇਸ ਢੰਗ ਦੇ ਨਾਲ ਮਾਰਿਆ ਗਿਆ। ਸੋ ਅਸਲ ਮਹੀਨਿਆਂ ਦੇ ਵਿੱਚ ਸਿਆਸੀ ਤੌਰ ਤੇ ਤਾਂ ਇਸ ਕਿਸਮ ਦੀ ਗੱਲ ਹੋ ਹੀ ਰਹੀ ਸੀ, ਪਰ ਜਿਸ ਵੇਲੇ ਕਾਨੂੰਨ ਦੇ ਕਿਸੇ ਜੱਜ ਨੇ ਇਸ ਮਸਲੇ ਦੇ ਉੱਤੇ ਆ ਕੇ ਐਡੀ ਵੱਡੀ ਸਜ਼ਾ ਸੁਣਾਈ ਆ ਤੇ ਇਹ ਬਹੁਤ ਸਾਰੇ ਸਵਾਲ ਜਿਹੜੇ ਨੇ ਪੈਦਾ ਹੋ ਰਹੇ ਨੇ। ਸਵਾਲ ਇਹ ਪੈਦਾ ਹੋ ਰਿਹਾ ਹੈ ਵੀ 34 ਸਾਲ ਲਗਾਤਾਰ ਦਿੱਲੀ ਦੀਆਂ ਉਹਨਾਂ ਘਟਨਾਵਾਂ ਨੂੰ ਵਾਪਰ ਗਏ ਨੇ, ਸਵਾਏ ਇੱਕ ਵਿਅਕਤੀ ਨੂੰ ਐਡੀ ਵੱਡੀ ਸਜ਼ਾ ਦੇਣ ਦੇ ਬਾਕੀ 2500-2700 ਵਿਅਕਤੀ ਜਿਹੜੇ ਕਤਲ ਕੀਤੇ ਗਏ ਉਹਨਾਂ ਨੂੰ ਤਾਂ ਉਹਨਾਂ ਦੇ ਕਾਤਲਾਂ ਨੂੰ ਤਾਂ ਕਿਸੇ ਨੇ ਐਡੀ ਵੱਡੀ ਸਜ਼ਾ ਨਹੀਂ ਦਿੱਤੀ, ਨਾ ਉਹਨਾਂ ਨੂੰ ਕਿਸੇ ਨੇ ਜੇਲ੍ਹ ਦਿੱਤੀ, ਨਾ ਉਹਨਾਂ ਨੂੰ ਕਿਸੇ ਨੇ ਫਾਂਸੀ ਦਿੱਤੀ, ਨਾ ਉਹਨਾਂ ਨੂੰ ਕੋਈ ਹੋਰ ਸਜ਼ਾਵਾਂ ਹੋਈਆਂ ਨੇ।
ਪਰ ਇੱਕ ਨੌਜਵਾਨਾਂ ਨੂੰ ਜਿਹਨਾਂ ਨੇ ਕਿਤਾਬਾਂ ਪੜ੍ਹਨ ਲਈ ਪਿੰਡਰਾਲੇ ਦੀਆਂ ਕਿਤਾਬਾਂ ਹੋਣਗੀਆਂ, ਖਾਲਿਸਤਾਨ ਦੀਆਂ ਕਿਤਾਬਾਂ ਹੋਣਗੀਆਂ, ਇਹੀ ਕਿਤਾਬਾਂ ਹੋਣਗੀਆਂ ਨਾ ਜਿਹੜੀਆਂ ਪੁਲਿਸ ਨੇ ਉੱਥੇ ਪੇਸ਼ ਕੀਤੀਆਂ ਨੇ, ਔਰ ਪੇਸ਼ ਕੀਤੀਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਉਹਨਾਂ ਕੋਲੋਂ ਕੋਈ ਹਥਿਆਰ ਵੀ ਬਰਾਮਦ ਨਹੀਂ ਹੋਇਆ, ਉਹਨਾਂ ਦੇ ਕੋਲੋਂ ਪਿਸਤੌਲ, ਕੋਈ ਟਕੂਆ, ਕੋਈ ਹੋਰ ਜਿਹਦੇ ਨਾਲ ਉਹਨੇ ਕਿਸੇ ਦਾ ਕਤਲ ਕਰ ਦੇਣਾ ਹੋਵੇ ਜਾਂ ਸਰਕਾਰ ਦੇ ਵਿਰੁੱਧ ਕੋਈ ਬਗਾਵਤ ਕਰਨ ਦੀ ਗੱਲ ਕਰ ਦੇਣੀ ਹੋਵੇ, ਪਰ ਸਿਰਫ ਇਹ ਅਸਲ ਮਹਿਨਿਆਂ ਦੇ ਵਿੱਚ ਵਿਚਾਰਾਂ ਦੀ ਆਜ਼ਾਦੀ ਦੇ ਉੱਤੇ ਸਿੱਧਾ ਹਮਲਾ ਉਹ ਲੋਕ ਪ੍ਰਗਟ ਕਰ ਰਹੇ ਨੇ, ਕਹਿ ਰਹੇ ਨੇ ਜਿਹੜੇ ਕਿ ਜਾਂ ਸਿੱਖ ਜਥੇਬੰਦੀਆਂ ਨਾਲ ਜੁੜੇ ਹੋਏ ਨੇ, ਹਿਊਮਨ ਰਾਈਟਸ ਦੇ ਉੱਤੇ ਜਿਹੜੇ ਲੋਕ ਕੰਮ ਕਰਦੇ ਨੇ ਉਹਨਾਂ ਨੇ ਵੀ ਲਗਾਤਾਰ ਇਸ ਮਾਮਲੇ ਦੇ ਉੱਤੇ ਰੋਸ ਪ੍ਰਦਰਸ਼ਨ ਕੀਤੇ ਨੇ, ਔਰ ਹਾਈ ਕੋਰਟ ਨੂੰ ਵੀ ਇਸ ਗੱਲ ਦੀ ਅਪੀਲ ਕੀਤੀ ਗਈ ਹੈ ਉਹਨਾਂ ਵੱਲੋਂ ਕਿ ਇਸ ਮਸਲੇ ਦੇ ਉੱਤੇ ਜੱਜ ਦੁਆਰਾ ਕੀਤੇ ਇਸ ਫੈਸਲੇ ਦਾ ਰਿਵਿਊ ਕਰਨ ਦੀ ਲੋੜ ਹੈ। ਭਲਾਈ ਜੀ, ਇੱਕ ਗੱਲ ਹੈ, ਨਰਸ ਜਿਹੜੇ ਜਿਨ੍ਹਾਂ ਨੇ ਹੋਸਪਿਟਲ ਦੀ ਛੱਤ ਤੋਂ ਛਾਲ ਮਾਰੀ ਹੈ, ਉਹਨਾਂ ਦੀ ਹਾਲਾਤ ਜ਼ਿਆਦਾ ਸੀਰੀਅਸ ਹੈ ਜਾਂ ਕੀ ਮਾਹੌਲ ਲੱਗਦਾ ਹੈਗਾ? ਪਰ ਦੂਜੀ ਗੱਲ ਕਿ ਇਹ ਸਰਕਾਰ ਉਹਨਾਂ ਦੀ ਜੋ ਮੰਗਾਂ ਹੈਗੀਆਂ ਉਹਨਾਂ ਨੂੰ ਮੰਨਿਆ ਕਿਉਂ ਨਹੀਂ ਜਾ ਰਿਹਾ? ਕਿੰਨੇ ਟਾਈਮ ਤੋਂ ਉਹ ਧਰਨੇ 'ਤੇ ਬੈਠੇ ਆ? ਦੇਖੋ, ਉਹਨਾਂ ਦੋਹਾਂ ਨਰਸਾਂ ਦੀ ਹਾਲਾਤ ਜਿਹੜੀ ਹੈ ਬੜੀ ਕ੍ਰਿਟੀਕਲ ਹੈ, ਮਾੜੀ ਹੈ ਜੀ। ਸੰਭਾਵਨਾ ਇਸ ਗੱਲ ਦੀ ਹੈ ਕਿ ਉਹਨਾਂ ਨੂੰ ਬਚਾ ਲਿਆ ਜਾਏਗਾ, ਪਰ ਉਹਨਾਂ ਦੇ ਸੱਟਾਂ ਚੋਟਾਂ ਬਹੁਤ ਜ਼ਿਆਦਾ ਲੱਗੀਆਂ ਨੇ। ਏਡੀ ਉੱਚੀ ਬਿਲਡਿੰਗ ਦੇ ਉੱਤੇ ਛੱਤ ਦੇ ਉੱਤੋਂ ਡਿੱਗ ਪੈਣਾ ਹੋਰ ਗੱਲ ਹੁੰਦੀ ਹੈ, ਜਾਣ ਬੁੱਝ ਕੇ ਛਾਲ ਮਾਰਨਾ ਹੋਰ ਗੱਲ ਹੁੰਦੀ, ਜਾਣ ਬੁੱਝ ਕੇ ਛਾਲ ਮਾਰਨ ਦੇ ਨਾਲ ਚੋਟ ਜਿਹੜੀ ਹੈ ਹੋਰ ਵੀ ਜ਼ਿਆਦਾ ਲੱਗਦੀ ਹੈ। ਦੂਜੀ ਗੱਲ ਇਹ ਹੈ ਵੀ ਲਗਾਤਾਰ ਟੀਚਰਾਂ ਵੱਲੋਂ, ਨਰਸਾਂ ਵੱਲੋਂ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਜਿਹੜੀ ਹੈ ਉਹ ਹੋ ਰਹੀ ਹੈ, ਪਰ ਅਮਲੀ ਤੌਰ ਉੱਤੇ ਇਸ ਮਾਮਲੇ ਦੇ ਉੱਤੇ ਕੋਈ ਗੱਲ ਨਹੀਂ ਹੋ ਰਹੀ। ਹੁਣ 5 ਮਾਰਚ ਜਿਹੜੀ ਹੈ ਮੁੱਖ ਮੰਤਰੀ ਦੇ ਨਾਲ ਇਸ ਮਾਮਲੇ ਤੇ ਬੈਠਕ ਕਰਨ ਦੀ ਗੱਲ ਜਿਹੜੀ ਹੈ ਮਿੱਥੀ ਗਈ ਸੀ, ਪਰ ਕਿਉਂਕਿ ਹੁਣ ਹਾਲਾਤ ਬੜੇ ਅਜੀਬ ਕਿਸਮ ਦੇ ਨੇ, ਸੰਭਾਵਨਾ ਸਾਰੀ ਹੋਏ ਕਿ ਉਸ ਦਿਨ ਮੀਟਿੰਗ ਹੋ ਸਕੇ। ਇੱਕ ਗੱਲ ਜਿਹੜੀ ਆ ਉਹ ਇਹ ਪੰਜਾਬ ਦੀ ਸਰਕਾਰ ਨੇ ਉਸ ਬਣਾਏ ਹੋਏ ਕਾਨੂੰਨ ਨੂੰ ਜਿਹੜਾ ਕਿ ਬਾਦਲ ਸਰਕਾਰ ਵੇਲੇ ਬਣਿਆ ਸੀ ਜਿਹਦੇ 2016 ਦੇ ਵਿੱਚ, ਔਰ ਜਿਹਦੇ ਵਿੱਚ ਊਣ ਤਾਈਆਂ ਸਨ, ਉਹਨਾਂ ਨੂੰ ਦੁਬਾਰਾ ਉਹਦੇ ਵਿੱਚ ਊਣ ਦਵਾਈਆਂ ਖਤਮ ਕਰਕੇ ਬਣਾਉਣ ਦਾ ਫੈਸਲਾ ਕਰ ਲਿਆ ਹੈ। ਉਹਦੇ ਵਿੱਚ ਕਿੰਨਾ ਟਾਈਮ ਲੱਗੇਗਾ ਕਾਨੂੰਨ ਬਣਨ ਵਿੱਚ, ਔਰ ਕਾਨੂੰਨ ਬਣਨ ਤੋਂ ਬਾਅਦ ਕੀ ਇਹ ਨਰਸਾਂ ਜਾਂ ਜਿਹੜੇ ਹੋਰ ਮੁਲਾਜ਼ਮ ਨੇ ਉਹ ਸਾਰੇ ਦੇ ਸਾਰੇ ਫੇਰ ਪੱਕੇ ਹੋ ਜਾਣਗੇ ਕਿ ਨਹੀਂ ਹੋ ਜਾਣਗੇ, ਜਾਂ ਵਿਭਾਗੀ ਕਾਰਵਾਈਆਂ ਦੇ ਵਿੱਚ ਹੀ ਤੁਰੇ ਫਿਰਦੇ ਰਹਿਣਗੇ? ਇਹ ਹਾਲੇ ਚ ਵਾਲ ਬੜੇ ਵੱਡੇ ਨੇ। ਮੈਂ ਸਮਝਦਾ ਵੀ ਪੰਜਾਬ ਸਰਕਾਰ ਨੂੰ ਟੀਚਰਾਂ ਦੇ, ਬੇਰੁਜ਼ਗਾਰਾਂ ਦੇ, ਨਰਸਾਂ ਦੇ ਜਾਂ ਹੋਰ ਜਿਹੜੇ ਵੀ ਇਹੋ ਜਿਹੇ ਪੀੜਿਤ ਲੋਕ ਨੇ ਉਹਨਾਂ ਦੀ ਸਾਥ ਦੇਣੀ ਚਾਹੀਦੀ ਆ, ਔਰ ਬਿਲਕੁਲ ਮਨੁੱਖੀ ਪੱਖ ਜਿਹੜਾ ਇਹੀ ਕਹਿੰਦਾ ਵੀ ਉਹਨਾਂ ਲੋਕਾਂ ਨੂੰ ਜਿਹੜੇ ਬਿਲਕੁਲ ਪੀੜਿਤ ਨੇ, ਖਾਸ ਤੌਰ ਤੇ ਬੇਰੁਜ਼ਗਾਰ ਨੇ, ਜਿਹਨਾਂ ਦਾ ਰੁਜ਼ਗਾਰ ਹੀ ਇਸ ਗੱਲ ਨਾਲ ਚੱਲਦਾ ਵੀ ਉਹਨਾਂ ਨੂੰ ਜੇ ਸਰਕਾਰੀ ਨੌਕਰੀ ਹੈ ਜਾਂ ਕੋਈ ਵੀ ਨੌਕਰੀ ਉਹਨਾਂ ਨੂੰ ਮਿਲੀ ਹੋਈ ਹੈ, ਜੇ ਉਹਦੇ ਵਿੱਚ ਲਗਾਤਾਰਤਾ ਜਿਹੜੀ ਹੈ ਉਹ ਕਾਇਮ ਕਰ ਦਿੱਤੀ ਜਾਏ, ਤੋ ਲਗਾਤਾਰਤਾ ਨੂੰ ਕਾਇਮ ਕਰਨ ਦੀ ਖਾਤਰ ਔਰ ਪੂਰੇ ਗ੍ਰੇਡ ਲੈਣ ਦੀ ਖਾਤਰ ਵੱਖੋ ਵੱਖਰੇ ਸਮੇਂ ਦੇ ਹਾਈ ਕੋਰਟ, ਸੁਪਰੀਮ ਕੋਰਟ ਵੱਲੋਂ ਦਿਸ਼ਾ ਨਿਰਦੇਸ਼ ਵੀ ਹੋ ਰਹੇ ਨੇ, ਪਰ ਸਰਕਾਰਾਂ ਜਿਹੜੀਆਂ ਨੇ, ਤੁਹਾਨੂੰ ਪਤਾ ਵੀ ਸਰਕਾਰਾਂ ਨੇ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਬਾਬੂ ਤੇ ਅਫਸਰ ਸ਼ਾਹ ਲੋਕ ਜਿਹੜੇ ਨੇ ਉਹ ਤਾਂ ਆਪਣੀ ਮਰਜ਼ੀ ਨਾਲ ਆਪਣੇ ਢੰਗ ਦੇ ਨਾਲ ਹੀ ਕੰਮ ਕਰਦੇ ਨੇ। ਭਲਾਈ ਜੀ, ਜਾਂਦੇ ਜਾਂਦੇ ਇੱਕ ਸਵਾਲ ਹੋਰ ਹੈ ਮੇਰਾ, ਲੋਕਾਂ ਦਾ ਭਾਜਪਾ ਵਾਲਿਆਂ ਦਾ ਇੱਕੋ ਹੀ ਗੀਤ ਲਗਾਤਾਰ ਅਲਾਪਿਆ ਜਾਂਦਾ ਹੈ ਕਿ ਮੋਦੀ ਜੀ ਖੁਦ ਕਹਿੰਦੇ ਹੈਗੇ, ਆਮ ਉਹਨਾਂ ਦੀ ਜਿਹੜੀ ਬਰਾਦਰੀ ਹੈ ਭਾਜਪਾ ਬਰਾਦਰੀ ਉਹ ਵੀ ਇਹੀ ਕਹਿੰਦੀ ਹੈ ਕਿ 56 ਇੰਚ ਦਾ ਸੀਨਾ। ਪਹਿਲਾ ਸਵਾਲ ਤਾਂ ਮੇਰਾ ਇਹ ਹੈ ਕਿ 56 ਇੰਚ ਦਾ ਸੀਨਾ ਕਿਸੇ ਇਨਸਾਨ ਦਾ ਹੋਇਆ? ਦੂਜਾ, ਉਹਨਾਂ ਨੇ ਕਿਹੜੇ ਇੰਚੀ ਟੇਪ ਨਾਲ ਮਾਪ ਕੇ ਇਹ ਵਾਹਵਾਹੀ ਜੁਟਾਈ ਜਾ ਰਹੀ ਹੈ 5 ਸਾਲਾਂ ਤੋਂ ਕਿ 56 ਇੰਚ ਦਾ ਸੀਨਾ, 56 ਇੰਚ ਦਾ ਸੀਨਾ? ਜਿਹੜੇ ਕੰਮ ਉਹ ਕਰਨ ਵਾਲੇ ਹੈਗੇ ਉਹ ਤਾਂ ਉਹਨਾਂ ਤੋਂ ਹੁੰਦੇ ਨਹੀਂ, ਠੀਕ ਹੈ। 56 ਇੰਚ ਦਾ ਸੀਨੇ ਨੂੰ ਲੈ ਕੇ ਅੱਗੇ ਉਹ ਆਪਦੀ ਵਾਹਵਾਹੀ ਕਰਦੇ ਆ, ਕੀ ਇਹ ਸਹੀ ਹੈ ਇਸ ਲੈਂਗੁਏਜ ਨੂੰ ਯੂਜ ਕਰਨਾ? ਦੇਖੋ, ਇੱਕ ਪ੍ਰਧਾਨ ਮੰਤਰੀ ਦਾ ਆਪਣੀ ਕਿਸਮ ਦਾ ਇੱਕ ਅਕਸ ਹੁੰਦਾ ਹੈ ਜੀ। ਇੱਕ ਪ੍ਰਧਾਨ ਮੰਤਰੀ ਇੱਕ ਇੰਟਲੈਕਚੁਅਲ ਸੋਚ ਰੱਖਣ ਵਾਲਾ ਔਰ ਬਹੁਤ ਘੱਟ ਬੋਲਣ ਵਾਲਾ ਔਰ ਬੜੇ ਢੰਗ ਨਾਲ ਕੰਮ ਕਰਨ ਵਾਲਾ ਵਿਅਕਤੀ ਗਿਣਿਆ ਜਾਂਦਾ। ਬਿਲਕੁਲ, ਸਾਡੇ ਦੇਸ਼ ਦੇ ਵਿੱਚ ਜਵਾਹਰ ਲਾਲ ਨਹਿਰੂ ਵਰਗੇ, ਲਾਲ ਬਹਾਦਰ ਸ਼ਾਸਤਰੀ ਵਰਗੇ ਔਰ ਫਿਰ 10 ਸਾਲ ਪਿਛਲੇ ਮਨਮੋਹਨ ਸਿੰਘ ਵਰਗੇ ਜਿਹੜੇ ਲੋਕ ਨੇ, ਇੰਟਲੈਕਚੁਅਲ ਲੋਕ ਸੀ ਜਿਹੜੇ,
ਜਿਹੜੇ ਲੋਕਾਂ ਦੇ ਨਾਲ ਧਰਤੀ ਨਾਲ ਜੁੜੇ ਹੋਏ ਲੋਕ ਸੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਔਰ ਉਸ ਵੇਲੇ ਹੀ ਬੋਲਦੇ ਰਹੇ ਜਿਸ ਵੇਲੇ ਉਹਨਾਂ ਨੂੰ ਜ਼ਰੂਰਤ ਸੀ। ਜੀ ਬਿਲਕੁਲ। ਪਰ ਸਾਡੇ ਇਸ ਪ੍ਰਧਾਨ ਮੰਤਰੀ ਨੇ ਪਿਛਲੇ 5 ਸਾਲਾਂ ਦੇ ਵਿੱਚ 98 ਵਿਦੇਸ਼ੀ ਯਾਤਰਾਵਾਂ ਕੀਤੀਆਂ, 500 ਤੋਂ ਵੱਧ ਵੱਖੋ ਵੱਖਰੇ ਪ੍ਰੋਜੈਕਟ ਬਣਾਉਣ ਦੀਆਂ ਗੱਲਾਂ ਕੀਤੀਆਂ। ਉਹਨਾਂ 98 ਵਿਦੇਸ਼ੀ ਜਿਹੜੇ ਉਹਨਾਂ ਨੇ ਦੌਰੇ ਕੀਤੇ ਉਹਨਾਂ ਦੇ ਵਿੱਚੋਂ ਵੀ ਕੁੱਝ ਨਹੀਂ ਲੱਭਿਆ, ਅਰਬਾਂ ਰੁਪਈਏ ਖਰਚ ਕਰ ਦਿੱਤੇ। ਜਿਹੜੇ ਪ੍ਰੋਜੈਕਟ ਉਹਨਾਂ ਵੱਲੋਂ ਬਣਾਏ ਗਏ ਉਹ ਠੋਸ ਨਾ ਹੋਣ ਕਰਕੇ ਆਪਣੇ ਆਪ ਦੇ ਵਿੱਚ ਸਿਮਟ ਕੇ ਰਹਿ ਗਏ। ਸਵੱਛ ਭਾਰਤ ਦੀ ਗੱਲ ਲਾ ਲਓ, ਮੇਡ ਇਨ ਇੰਡੀਆ ਦੀ ਗੱਲ ਕਰ ਲਓ, ਪਤਾ ਨੀ ਹੋਰ ਕਿੰਨੇ ਕਿੰਨੇ ਨਾਵਾਂ ਦੇ ਉੱਤੇ ਆਪਾਂ ਕਿਸਾਨਾਂ ਲਈ ਉਹਨਾਂ ਨੇ ਇੱਕ ਨਵਾਂ ਨਵਾਂ ਕੰਮ ਸ਼ੁਰੂ ਕਰਤਾ ਵੀ 2000 ਰੁਪਈਆ ਦੇ ਦਿਓ, 2000 ਰੁਪਏ ਦੀ ਰਿਸ਼ਵਤ ਦੇ ਕੇ 2019 ਦੇ ਵਿੱਚ ਵੋਟਾਂ ਲੈ ਲਓ। ਇਸ ਕਿਸਮ ਦੀਆਂ ਗੱਲਾਂ ਦੇ ਨਾਲ ਲੋਕਾਂ ਦੇ ਵਿੱਚ ਆਪਣੀ ਦਿੱਖ ਮੋਦੀ ਸਾਹਿਬ ਸਵਾਰ ਨਹੀਂ ਸਕੇ। 56 ਇੰਚ ਸੀਨੇ ਦੀ ਗੱਲ ਕਰਨ ਲੱਗਿਆਂ ਤਾਂ ਇੱਕ ਪ੍ਰਧਾਨ ਮੰਤਰੀ ਨੂੰ ਸੋਚਣਾ ਚਾਹੀਦਾ ਕਿ ਮੈਂ ਇੱਕ ਪਿੰਡ ਦੇ ਸਧਾਰਨ ਵਿਅਕਤੀ ਵਾਂਗਰ ਆਪਣੀ ਚੌੜੀ ਛਾਤੀ ਹੋਣ ਦਾ ਆਪਣੇ ਆਪ ਦੇ ਵਿੱਚ ਆਕੜਖੋਰ ਵਿਅਕਤੀ ਦਾ ਬਿੰਬ ਬਣਾ ਰਿਹਾ। ਤੋ ਇਸ ਕਿਸਮ ਦੀ ਗੱਲ ਜਿਹੜੀ ਆ ਉਹ ਆਮ ਤੌਰ ਤੇ ਉਹਨਾਂ ਹੋਸ਼ੇ ਲੋਕਾਂ ਵੱਲੋਂ ਕੀਤੀ ਜਾਂਦੀ ਆ ਜਿਨ੍ਹਾਂ ਦਾ ਅਸਲ ਮਹਿਨਿਆਂ ਦੇ ਵਿੱਚ ਆਪਣਾ ਕੋਈ ਬੇਸਿਕਲੀ ਆਧਾਰ ਨਹੀਂ ਹੁੰਦਾ, ਆਪਣੀ ਕੋਈ ਸੋਚ ਨਹੀਂ ਹੁੰਦੀ। ਉਹ PMO ਉਹਨਾਂ ਨੂੰ ਚਲਾਉਂਦਾ, ਪੁਰਾਣੇ ਜਿਹੜੇ ਪ੍ਰੋਜੈਕਟ ਨੇ ਮਨਮੋਹਨ ਸਿੰਘ ਸਰਕਾਰ ਵੇਲੇ ਦੇ ਨਰੇਗਾ ਵਰਗੇ ਉਹਨਾਂ ਨੂੰ ਵੀ ਅੱਗੇ ਤੋਰਨ ਲਈ ਉਹ ਮਜਬੂਰ ਹੋ ਗਿਆ। ਉਸਦੀ ਆਪਣੀ ਸਰਕਾਰ ਦੀ ਆਪਣੀ ਪ੍ਰਾਪਤੀ ਕੋਈ ਹੈ ਕੋਈ ਨਹੀਂ, ਆਰਥਿਕ ਤੌਰ ਤੇ ਦੇਸ਼ ਕਮਜ਼ੋਰ ਹੋਇਆ ਔਰ ਲਗਾਤਾਰ ਅਸੀਂ ਲੋਕ ਜਿਹੜੇ ਭਾਰਤ ਦੇ ਆ ਕਰਜ਼ਾਈ ਹੁੰਦੇ ਜਾ ਰਹੇ ਹਾਂ, ਭੁੱਖਮਰੀ ਦਾ ਸ਼ਿਕਾਰ ਹੁੰਦੇ ਜਾ ਰਹੇ ਹਾਂ, ਸਿੱਖਿਆ ਦੇ ਖੇਤਰ ਵਿੱਚ ਅਸੀਂ ਲਗਾਤਾਰ ਦੁਨੀਆ ਭਰ ਦੇ ਵਿੱਚ ਪਛੜ ਰਹੇ ਹਾਂ, ਹਿਊਮਨ ਜਿਹੜੇ ਰਾਈਟਸ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਲਗਾਤਾਰ ਸਾਡੇ ਉੱਤੇ ਅੰਤਰਰਾਸ਼ਟਰੀ ਪੱਧਰ ਤੇ ਇਸ ਗੱਲ ਦਾ ਦਬਾਅ ਹੈ ਕਿ ਅਸੀਂ ਇਸ ਦਾ ਘਾਣ ਕਰ ਰਹੇ ਹਾਂ। ਸੋ ਏਦਾਂ ਦੀ ਹਾਲਤ ਦੇ ਵਿੱਚ 56 ਇੰਚ ਛਾਤੀ ਦੀਆਂ ਗੱਲਾਂ ਕਰਨੀਆਂ ਬੇਥਵੀ ਗੱਲ ਹੈ, ਬੇਥਵੀਆਂ ਗੱਲਾਂ ਮਾਰਨ ਦੀ ਗੱਲ ਹੈ। ਜੀ ਜੀ ਬਿਲਕੁਲ। ਇੱਕ ਪ੍ਰਧਾਨ ਮੰਤਰੀ ਨੂੰ ਇਹ ਜਿਹੀਆਂ ਬੇਹੋਸ਼ੀਆਂ ਗੱਲਾਂ ਕਰਨੀਆਂ, ਇੱਕ ਆਮ ਇੱਕ ਪੇਂਡੂ ਮੁੰਡੇ ਵਾਂਗੂ ਇੱਕ ਆਮ ਜੀ ਗੱਲ ਕਰਨੀ, ਇੱਕ ਉਹਨਾਂ ਦੇ ਲੇਵਲ ਨੂੰ ਖਰਾਬ ਕਰਦੀ ਹੈ ਕਿਤੇ ਨਾ ਕਿਤੇ। ਸੋ ਭਲਾਈ ਜੀ, ਖਾਸ ਖਬਰਾਂ 'ਚ ਸਾਂਝ ਪਾਉਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਮਿਹਰਬਾਨੀ ਜੀ, ਸ਼ੁਕਰੀਆ। ਸੋ ਇਹ ਸੀ ਸਾਡਾ ਖਾਸ ਪ੍ਰੋਗਰਾਮ ਖਬਰ 'ਤੇ ਨਜ਼ਰ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ।